ਇਸ ਵੇਲੇ ਦੀ ਅਹਿਮ ਖਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ ਨਸੀਬ ਹੋਈ ਹੈ ਅਕਾਲੀ ਦਲ ਨੇ ਪੰਥਕ ਹਲਕਿਆਂ ਦੇ ਵਿੱਚ ਵੱਡੇ ਵਿਰੋਧ ਦੇ ਬਾਵਜੂਦ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਕਾਲੀ ਦਲ ਨੇ ਆਪਣੇ ਵਿਰੋਧੀਆਂ ਨੂੰ ਵੱਡੀ ਹਾਰ ਦਿੰਦੇ ਹੋਏ 40 ਸੀਟਾਂ ਦੇ ਵਿੱਚੋਂ 27 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਵੱਡੇ ਵਿਰੋਧ ਦੇ ਮੱਦੇਨਜ਼ਰ ਅਕਾਲੀ ਦਲ ਨੇ ਕਿਵੇਂ ਕੱਢੇ ਜਿੱਤ ਦੇ ਝੰਡੇ ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਵਿਰੋਧ ਦਾ ਸਾਹਮਣਾ ਕਰ ਰਿਹਾ ਸੀ ਹਰ ਪਾਸੇ ਬਹਿਬਲ ਕਲਾਂ ਗੋਲੀਕਾਂਡ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਅਕਾਲੀ ਦਲ ਵਿਰੋਧਤਾ ਦਾ ਸਾਹਮਣਾ ਕਰ ਰਿਹਾ ਸੀ ਪਰੰਤੂ ਇੰਨੇ ਵੱਡੇ ਵਿਰੋਧ ਦੇ ਬਾਵਜੂਦ ਵੀ ਦਿੱਲੀ ਦੀ ਸਿੱਖ ਸੰਗਤ ਨੇ ਅਕਾਲੀ ਦਲ ਨੂੰ ਵੱਡੀ ਕਾਮਯਾਬੀ ਦਿੱਤੀ ਹੈ ਜਿੱਥੇ ਇਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਇੱਕ ਵਾਰ ਫਿਰ ਅਕਾਲੀ ਦਲ ਤੇ ਸਿੱਖ ਸੰਗਤ ਦਾ ਭਰੋਸਾ ਮੁੜ ਵਾਪਸ ਆਉਂਦਾ ਨਜ਼ਰ ਆ ਰਿਹਾ ਹੈ ਲੱਗਦਾ ਵੀ ਕੁਝ ਇਸ ਤਰ੍ਹਾਂ ਹੈ ਕਿ ਦਿੱਲੀ ਦੀ ਸਿੱਖ ਸੰਗਤ ਨੇ ਅਕਾਲੀ ਦਲ ਵੱਲੋਂ ਕੋਰੋਨਾ ਕਾਲ ਦੌਰਾਨ ਕੀਤੇ ਕੰਮਾਂ ਨੂੰ ਲੈ ਕੇ ਅਕਾਲੀ ਦਲ ਤੇ ਮੋਹਰ ਲਾਈ ਹੈ ਹੁਣ ਵੇਖਣਾ ਇਹ ਹੈ ਕਿ ਅਕਾਲੀ ਦਲ ਦੀ ਇਹ ਦਿੱਲੀ ਦੇ ਵਿੱਚ ਹੋਈ ਸ਼ਾਨਦਾਰ ਜਿੱਤ ਕੀ ਪੰਜਾਬ 'ਚ ਅਕਾਲੀ ਦਲ ਦਾ ਬੇੜਾ ਪਾਰ ਲਾਏਗੀ ਇਹ ਜ਼ਰੂਰ ਵੇਖਣ ਵਾਲੀ ਗੱਲ ਹੈ ਸਿੱਖ ਕੌਮ ਦੁਨੀਆ ਵਿੱਚ ਇਕੱਲੀ ਕੌਮ ਹੈ ਜੋ ਆਪਣੇ ਗੁਰੂ ਘਰਾਂ ਦੀ ਦੇਖ ਰੇਖ ਸੇਵਾ ਸੰਭਾਲ ਇਲੈਕਟਿਡ ਪਾਰਲੀਮੈਂਟ ਚੁਣ ਕੇ ਕਰਦੀ ਹੈ ਆ ਜਿਹੜੇ ਇਲੈਕਸ਼ਨ ਹੁੰਦੇ ਹੈ ਹਿੰਦੁਸਤਾਨ ਦੀ ਕੌਨਸਟੀਟਿਊਸ਼ਨ ਦੇ ਥੱਲੇ ਹੁੰਦੇ ਹੈ ਇਲੈਕਸ਼ਨ ਕਮਿਸ਼ਨ ਕਰਾਉਂਦਾ ਅਤੇ ਸਾਰੀ ਸਿੱਖ ਸੰਗਤ ਆਪਣੀ ਪਾਰਟੀ ਚੁਣਦੀ ਹੈ ਜਿਹਨੂੰ ਉਹ ਸੇਵਾ ਦੇਣਾ ਚਾਹੁੰਦੀ ਹੈ ਮੈਂ ਸਮੁੱਚੀ ਸਿੱਖ ਸੰਗਤ ਦੇਸ਼ ਵਿੱਚ ਧੰਨਵਾਦੀ ਹੈ ਕਿ ਲਗਾਤਾਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਾਇਕ ਸਮਝਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਿਰ 'ਤੇ ਹੱਥ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਤੋਂ ਹੁੰਦਾ 100 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੇ ਨੂੰ 100 ਸਾਲਾਂ 'ਚ ਜਿੰਨੇ ਵੀ ਇਲੈਕਸ਼ਨ ਹੋਏ ਹੈ 100% ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਕੌਮ ਅਤੇ ਸਿੱਖ ਪੰਥ ਨੇ ਫਤਵਾ ਦਿੱਤਾ ਸੇਵਾ ਕਰਨ ਵਾਸਤੇ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਬਣਾਈ ਗਈ ਇੱਥੋਂ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਆਪਣਾ ਐਕਟ ਬਣਾਇਆ ਗਿਆ ਅਤੇ ਇੱਥੇ ਵੀ 4 ਸਾਲ ਬਾਅਦ ਇਲੈਕਸ਼ਨ ਦਾ ਸਿਸਟਮ ਸ਼ੁਰੂ ਕੀਤਾ ਮੈਂ ਧੰਨਵਾਦੀ ਹਾਂ ਸਿੱਖ ਸੰਗਤ ਦਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਸੇਵਾ ਕਰਨ ਦਾ ਮੌਕਾ ਮਿਲਿਆ ਬੜੀ ਪੰਥ ਵਿਰੋਧੀ ਸ਼ਕਤੀਆਂ ਪੰਜਾਬ 'ਚ ਵੀ ਅਤੇ ਇੱਥੇ ਵੀ ਕੋਸ਼ਿਸ਼ ਕਰਦੀਆਂ ਰਹੀਆਂ ਕਿ ਪੰਥ ਨੂੰ ਦੋ ਫੜ ਕਰਨ ਨੂੰ ਪਰ ਮੈਂ ਸਿੱਖ ਸੰਗਤ ਨੂੰ ਧੰਨਵਾਦ ਕਰਨਾ ਚਾਹੁੰਦਾ ਉਹ ਕਲੀਅਰ ਵਰਡਿਕਟ ਦੇ ਕੇ ਇਹਨਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਕਰਨ ਦੇ ਤਰੀਕੇ ਨਕਾਰੇ ਆਹ ਜਿਹੜਾ ਇਲੈਕਸ਼ਨ ਹੈ ਪਹਿਲੇ ਤਾਂ ਮੈਂ ਹਰਮੀਤ ਸਿੰਘ ਕਾਲਕਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਸਾਡੇ ਪਾਰਟੀ ਦੇ ਇੱਥੇ ਪ੍ਰਧਾਨ ਹੈ ਅਤੇ ਮਨਜਿੰਦਰ ਸਿੰਘ ਸਰਸਾ ਜੀ ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲੀ ਅਤੇ ਬੜੇ ਵਧੀਆ ਤਰੀਕੇ ਨਾਲ ਦੋਨਾਂ ਦੀ ਟੀਮ ਅਤੇ ਸਮੁੱਚੀ ਸਾਡੇ ਮੈਂਬਰ ਜਿਨ੍ਹਾਂ ਨੇ 4 ਸਾਲ ਸੇਵਾ ਕੀਤੀ ਜੋ ਵੀ ਸਮੱਸਿਆ ਦੇਸ਼ ਵਿੱਚ ਆਈਆਂ ਭਾਵੇਂ ਕੋਵਿਡ ਦੀ ਸਮੱਸਿਆ ਸੀ ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਸੇਵਾ ਸੰਭਾਲੀ ਕਿਸਾਨ ਸੰਘਰਸ਼ ਵਿੱਚ ਹਰ ਕਿਸਮ ਦੀ ਯੋਗਦਾਨ ਉਹਨਾਂ ਨੇ ਪਾਇਆ ਭਾਵੇਂ ਲੰਗਰ ਦਾ ਯੋਗਦਾਨ ਭਾਵੇਂ ਲੀਗਲ ਯੋਗਦਾਨ ਜੇ ਕਿਤੇ ਫਲੱਡਸ ਆਏ ਜੇ ਕਿਤੇ ਕਿਸੇ ਆਪਣੇ ਭੈਣ ਭਰਾ ਨੂੰ ਕਿਤੇ ਵੀ ਤਕਲੀਫ ਹੋਈ ਸਾਡੀ ਟੀਮ ਉੱਥੇ ਪਹੁੰਚਦੀ ਸੀ ਅਤੇ ਆਪਣੇ ਸਿੱਖ ਭੈਣ ਭਰਾਵਾਂ ਦੀ ਮੁਸ਼ਕਲ ਹੱਲ ਕਰਾਉਂਦੀ ਸੀ ਸੋ ਮੈਂ ਇਸ ਇਲੈਕਸ਼ਨ 'ਚ ਦੇਖਿਆ ਕਿ ਕਾਂਗਰਸ ਪਾਰਟੀ ਅਤੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਸਾਰਿਆਂ ਨੇ ਮਨ ਬਣਾ ਲਿਆ ਪੂਰੀ ਫੋਰਸ ਲਾ ਦਿੱਤੀ ਪੂਰਾ ਜ਼ੋਰ ਲਾ ਦਿੱਤਾ ਕਿ ਐਤੀ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਰਾਇਆ ਜਾਏ ਮੈਂ ਧੰਨਵਾਦੀ ਹਾਂ ਸਿੱਖ ਸੰਗਤ ਦਾ ਜਿਨ੍ਹਾਂ ਨੇ ਉਹਨਾਂ ਦੀ ਕੋਸ਼ਿਸ਼ ਨਿਕਾਰ ਕੀਤੀ ਬਿਊਰੋ ਰਿਪੋਰਟ NC7 ਨਿਊਜ਼